ਕੰਗਣਾ ਰਣੌਤ, ਖਾਸ ਕਰਕੇ ਪੰਜਾਬ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ, ਕੰਗਣਾ ਰਣੌਤ ਦੇ ਬਿਆਨਾਂ ਦਾ ਬੀਜੇਪੀ ਨੂੰ ਹਰਿਆਣਾ 'ਚ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਟਿੱਪਣੀ ਜ਼ਰੂਰ ਕਰਨੀ ਹੁੰਦੀ ਹੈ ਜਿਹਦੇ ਨਾਲ ਜਿਹੜੀ ਹਲਬਰੀ ਮਚੇ ਉਹ ਨਿਊਜ਼ 'ਚ ਆਉਣ, ਜਿਨ੍ਹਾਂ ਦੇ ਨਾਂ ਨਾਲ ਸੰਤ ਜਰਨੈਲ ਸਿੰਘ ਜੀ ਲੱਗੇ ਔਰ ਸਾਰਾ ਪੰਜਾਬ ਦੁਨੀਆ ਭਰ ਦੇ ਜਿਹੜੇ ਸਿੱਖ ਸਮੁਦਾਇ ਹੈ ਉਹ ਉਹਨਾਂ ਦੀ ਇੱਜ਼ਤ ਮਾਣ ਕਰਦੇ ਆ। ਕੀ ਸਮਝਦੇ ਹੋ ਤੁਸੀਂ ਅਗਰ ਪੰਜਾਬ ਦੇ ਲਿਹਾਜ਼ ਨਾਲ ਗੱਲ ਕਰੀਏ? ਅਜੇ ਵੀ ਸਟੇਟਸ ਨੂੰ ਬਹੁਤ ਰਾਈਟਸ ਨੇ ਹਿੰਦੁਸਤਾਨ ਦੇ ਵਿੱਚ, ਸੂਬਾ ਸਭ ਕੁਝ ਕਰ ਸਕਦਾ ਹੈ। ਇੱਕ ਪਿਛਲੇ ਦਿਨਾਂ ਤੋਂ ਲਗਾਤਾਰ ਚਰਚਾ ਚੱਲ ਰਹੀ ਹੈ ਕੰਗਣਾ ਰਣੌਤ, ਖਾਸ ਕਰਕੇ ਪੰਜਾਬ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੈ ਕੇ, ਆਏ ਦਿਨ ਉਹਨਾਂ ਦੀ ਟਿੱਪਣੀ ਨੂੰ ਕਿਵੇਂ ਸਮਝਦੇ ਹੋ? ਉਹ ਕਹਿੰਦੇ ਨੇ ਕਿ 99% ਲੋਕ ਤਾਂ ਜਿਹੜੇ ਹੈਗੇ ਆ ਉਹਨਾਂ ਨੂੰ ਸੰਤ ਨਹੀਂ ਮੰਨਦੇ। ਦੇਖੋ, ਮੈਂ ਕੰਗਣਾ ਰਣੌਤ ਜੀ ਦੀ ਇਹ ਸਟੇਟਮੈਂਟ ਨਾਲ ਬਿਲਕੁਲ ਮੁਤਫਿਕ ਨਹੀਂ, ਜਿਨ੍ਹਾਂ ਦੇ ਨਾਂ ਨਾਲ ਸੰਤ ਜਰਨੈਲ ਸਿੰਘ ਜੀ ਲੱਗੇ ਔਰ ਸਾਰਾ ਪੰਜਾਬ ਦੁਨੀਆ ਭਰ ਦੇ ਜਿਹੜੇ ਸਿੱਖ ਸਮੁਦਾਇ ਹੈ ਉਹ ਉਹਨਾਂ ਦੀ ਇੱਜ਼ਤ ਮਾਨ ਕਰਦੇ ਆ, ਅਤੇ ਉਹਨਾਂ ਨੇ ਤਾਂ ਹਮੇਸ਼ਾ ਹੱਥ ਵਿੱਚ ਰੱਖਿਆ ਵੀ ਤੀਰ ਸੀ ਔਰ ਕੋਈ ਇਹੋ ਜਿਹੀ ਗੱਲ ਨਹੀਂ। ਫਿਰ ਜਦੋਂ ਤੁਸੀਂ ਇਹੋ ਜਿਹੀ ਕੋਈ ਸਟੇਟਮੈਂਟ ਦਿੰਦੇ ਹੋ ਤਾਂ ਉਹਦੇ ਨਾਲ ਸਾਰੀ ਸਿੱਖ ਸੰਗਤ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ। ਔਰ ਕੰਗਣਾ ਰਣੌਤ ਜੀ ਦਾ ਮੈਂ ਸਮਝਣਾ ਇੱਕ ਸੁਭਾਅ ਹੈ ਵੀ ਕੋਈ ਇਹੋ ਜਿਹੀ ਟਿੱਪਣੀ ਜ਼ਰੂਰ ਕਰਨੀ ਹੁੰਦੀ ਹੈ ਜਿਹਦੇ ਨਾਲ ਜਿਹੜੀ ਹਲਬਰੀ ਮਚੇ ਉਹ ਨਿਊਜ਼ 'ਚ ਆਉਣ। ਇਹਦੇ 'ਤੇ ਮੈਨੂੰ ਪੂਰਨ ਯਕੀਨ ਹੈ ਵੀ ਜੋ ਮੈਨੂੰ ਪਤਾ ਲੱਗਾ ਸੀ ਵੀ ਪਾਰਟੀ ਹਾਈ ਕਮਾਂਡ ਨੇ ਇਹਨਾਂ ਨੂੰ ਬੁਲਾ ਕੇ ਇਹ ਗੱਲ ਕਹੀ ਵੀ ਸੀ ਵੀ ਤੁਸੀਂ ਇਸ ਕਿਸਮ ਦੀ ਸਟੇਟਮੈਂਟਾਂ ਨਾ ਦਿਆ ਕਰੋ ਕਿਉਂਕਿ ਇਹ ਪਾਰਟੀ ਸਾਡੀ ਪਾਰਟੀ ਦੀ ਲਾਈਨ ਨਹੀਂ ਹੈ। ਅਸੀਂ ਹਰ ਧਰਮ ਦੀ ਹਰ ਵਿਅਕਤੀ ਦੀ ਇੱਜ਼ਤ ਕਰਦੇ ਹਾਂ ਔਰ ਸਾਨੂੰ ਕੋਈ ਅਧਿਕਾਰ ਨਹੀਂ। ਪਰ ਕਿਉਂਕਿ ਹੁਣ ਦੇਖੋ ਮੈਂਬਰ ਪਾਰਲੀਮੈਂਟ ਤੁਹਾਡੀ ਪਾਰਟੀ ਦੇ ਨੇ ਪਰ ਉਹ ਹਲੇ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਵਰਜਿਆ ਸੀ, ਵਰਜਣ ਦੇ ਬਾਵਜੂਦ ਉਹਨਾਂ ਦੇ ਤਾਂ ਬਿਆਨ ਲਗਾਤਾਰ ਆ ਰਹੇ ਨੇ। ਮੈਂ ਸਮਝਦਾ ਵੀ ਪਾਰਟੀ ਹਾਈ ਕਮਾਂਡ ਨੂੰ ਇਸ ਬਾਰੇ ਉਹਨਾਂ ਨੂੰ ਬੁਲਾ ਕੇ ਚੰਗੀ ਤਰੀਕੇ ਨਾਲ ਇਹ ਦੱਸਣਾ ਪਏਗਾ ਵੀ ਜਿਹੜੀ ਸਿੱਖ ਸੰਗਤ ਦਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਇੰਨੀ ਇੱਜ਼ਤ ਮਾਨ ਅਤੇ ਸਤਿਕਾਰ ਦਿੱਤਾ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ, ਛੋਟੇ ਸਾਹਿਬਜ਼ਾਦਿਆਂ ਦੇ ਦਿਹਾੜਾ ਮਨਾਉਣਾ, ਉਸ ਨੂੰ ਮਾਨਤਾ ਦੇਣੀ, ਸਿੱਖ ਸੰਗਤ ਨੂੰ ਲੋਕਾਂ ਦੇ ਵਿੱਚ ਦੱਸਣਾ ਵੀ ਇਸ ਰਿਲੀਜਨ ਨੂੰ ਫੋਲੋ ਕਰੋ, ਗੁਰੂਆਂ ਦੀ ਉਸ ਸਿੱਖਿਆ ਨੂੰ ਫੋਲੋ ਕਰੋ ਅਤੇ ਇਸ ਬਾਰੇ ਕੋਈ ਸਿੱਖਾਂ ਬਾਰੇ ਜਾਂ ਸਾਡੇ ਸੰਤਾਂ ਬਾਰੇ ਇਸ ਕਿਸਮ ਦੀ ਜੇ ਕੋਈ ਟਿੱਪਣੀ ਕਰਦਾ ਤਾਂ ਉਹ ਬਰਦਾਸ਼ਤ ਨਹੀਂ ਹੋ ਸਕਦੀ ਔਰ ਪਾਰਟੀ ਨੂੰ ਇਹਨਾਂ ਕੰਗਣਾ ਰਣੌਤ ਨੂੰ ਬੁਲਾ ਕੇ ਇਸ ਬਾਰੇ ਹਦਾਇਤ ਕਰਨੀ ਬਹੁਤ ਜ਼ਰੂਰੀ, ਨਾ ਇਕੱਲੀ ਪੰਜਾਬ ਦੇ ਸਿੱਖਾਂ ਦੀ ਪਰ ਉਹ ਵੀ ਜਿਹੜੀ ਕੋਈ ਲੱਗਦਾ ਕਿ ਜੇ ਉਹਨਾਂ ਦੇ ਬਿਆਨ ਨਹੀਂ ਰੁਕਦੇ ਤਾਂ ਉਹਨਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ। ਦੇਖੋ, ਇਹ ਤਾਂ ਮੈਂ ਇਹ ਪਾਰਟੀ ਲੀਡਰਸ਼ਿਪ ਦਾ ਉੱਪਰ ਕੰਮ ਹੈ, ਮੈਂ ਸਮਝਦਾ ਵੀ ਇਹ ਕੋਈ ਗੱਲ ਇਹੋ ਜਿਹੀ ਨਹੀਂ ਹੋ ਸਕਦੀ ਵੀ ਜਿਹੜੀ ਪਾਰਟੀ ਹਾਈ ਕਮਾਂਡ ਕਹਿ ਤਾਂ ਕੋਈ ਨਾ ਉਹਨੂੰ ਮੰਨੇ, ਅਤੇ ਜੇ ਨਹੀਂ ਮੰਨਦਾ ਹੁੰਦਾ ਤਾਂ ਫਿਰ ਪਾਰਟੀ ਹਾਈ ਕਮਾਂਡ ਉਸ 'ਤੇ ਕੋਈ ਵੀ ਕਰ ਸਕਦੀ ਹੈ, ਐਕਸ਼ਨ ਲੈ ਸਕਦੀ ਹੈ। ਮੈਂ ਸਮਝਦਾ ਕੰਗਣਾ ਰਣੌਤ ਜੀ ਨੂੰ ਹੋ ਸਕਦਾ ਕਿਉਂਕਿ ਨਵੇਂ ਪਾਰਲੀਮੈਂਟੇਰੀਅਨ ਬਣੇ, ਹੋ ਸਕਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਫਿਲਮਾਂ 'ਚ ਕੰਮ ਕਰਦੇ ਨੇ, ਜਿਹੜੀ ਸਟੋਰੀ ਕਿਸੇ ਨੇ ਦੱਸਤੀ ਉਸ ਨੂੰ ਉਹਨਾਂ ਨੇ ਛਾਪਤਾ, ਉਹਨਾਂ ਨੇ ਇਹ ਨਹੀਂ ਵੇਖਿਆ ਵੀ ਇਹਦੇ ਨਾਲ ਸਿੱਖ ਸਮੁਦਾਇ ਨੂੰ ਕਿੰਨਾ ਵੱਡਾ ਸੈਟਬੈਕ ਪਹੁੰਚਦਾ। ਅਸੀਂ ਆਪ ਇੱਜ਼ਤ ਕਰਦੇ ਹਾਂ ਬਾਈ ਸਾਹਿਬ। ਇੱਕ ਸਰਬਜੀਤ ਸਿੰਘ ਖਾਲਸਾ ਹੋਰੀ ਮੈਂਬਰ ਪਾਰਲੀਮੈਂਟ, ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਹੈ, ਉਹ ਕਹਿੰਦੇ ਨੇ ਕਿ ਕੰਗਣਾ ਰਣੌਤ ਦੇ ਬਿਆਨਾਂ ਦਾ ਬੀਜੇਪੀ ਨੂੰ ਹਰਿਆਣਾ 'ਚ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਹ ਕਹਿੰਦੇ ਨੇ ਜਦੋਂ ਜਦੋਂ ਬੀਜੇਪੀ ਮਾੜੇ ਉੱਠਣ ਲੱਗਦੀ ਹੈ ਉਦੋਂ ਨੂੰ ਕੰਗਣਾ ਰਣੌਤ ਵਰਗੇ ਕੋਈ ਨਾ ਕੋਈ ਬਿਆਨ ਦੇ ਜਾਂਦੇ ਆ ਅਤੇ ਉਹਦਾ ਖਮਿਆਜ਼ਾ ਬੀਜੇਪੀ ਨੂੰ ਹਰਿਆਣਾ ਇਲੈਕਸ਼ਨ 'ਚ ਭੁਗਤਣਾ ਪੈਣਾ। ਦੇਖੋ,
ਇਹ ਤੇ ਹਰਿਆਣੇ ਦੇ ਲੋਕਾਂ ਨੇ ਇਸ ਬਾਰੇ ਸੋਚਣਾ ਹੈ। ਪਰ ਮੈਂ ਸਮਝਦਾ ਕੋਈ ਵੀ ਟਿੱਪਣੀ ਕਿਸੇ ਵੀ ਸਮਾਜ ਤੇ ਸੰਤ ਤੇ ਕਿਸੇ ਰਿਲੀਜਨ ਬਾਰੇ ਕਿਸੇ ਨੂੰ ਕੋਈ ਅਧਿਕਾਰ ਹੀ ਨਹੀਂ ਵੀ ਇਹੋ ਜਿਹੀ ਕੋਈ ਗੱਲ ਕਰਦੇ। ਉਹਦਾ ਜਿਹੜਾ ਪਲੱਸ ਐਂਡ ਮਾਈਨਸ ਹੈ, ਜਦੋਂ ਕੋਈ ਲੀਡਰ ਇਹੋ ਜਿਹੀ ਗੱਲ ਕਰਦਾ ਤੇ ਲੋਕ ਉਹਨੂੰ ਬੜੇ ਧਿਆਨ ਨਾਲ ਸੁਣਦੇ ਨੇ। ਪਰ ਮੈਂ ਸਮਝਦਾ ਵੀ ਇਸ ਤੋਂ ਬਾਅਦ ਕੰਗਨਾ ਰਣੌਤ ਨੂੰ ਪਾਰਟੀ ਲੀਡਰਸ਼ਿਪ ਨੂੰ ਬੁਲਾ ਕੇ ਇੱਕ ਵਾਰ ਹਦਾਇਤ ਜ਼ਰੂਰ ਕਰਨੀ ਚਾਹੀਦੀ ਹੈ। ਬਾਜਵਾ ਸਾਹਿਬ, ਕੀ ਤੁਸੀਂ ਸਮਝਦੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਬੀਜੇਪੀ ਤੁਹਾਡੇ ਵਰਗੇ ਲੀਡਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਮੈਨੂੰ ਲੱਗਦਾ ਕਿ ਤੁਹਾਡੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਂਦਾ ਜਦੋਂ ਬੀਬੀ ਕੰਗਣਾ ਹੋਰਾਂ ਦਾ ਕੋਈ ਨਾ ਕੋਈ ਬਿਆਨ ਆ ਜਾਂਦਾ? ਦੇਖੋ, ਮੈਂ ਸਮਝਦਾ ਲੋਕ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ, ਕਿਹੜੇ ਲੋਕ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਨੇ। ਜੇ ਕੋਈ ਇੱਕ ਵਿਅਕਤੀ ਇਸ ਕਿਸਮ ਦੀ ਕਿਤੋਂ ਸਟੇਟਮੈਂਟ ਦਿੰਦੇ ਆ, ਔਰ ਮੈਨੂੰ ਯਾਦ ਹੈ ਵੀ ਇਲੈਕਸ਼ਨ ਪਿੱਛੇ ਜੀ ਰਾਜਸਥਾਨ ਤੋਂ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਸੀ ਤੇ ਉਹਨੇ ਉਸੇ ਵੇਲੇ 2 ਘੰਟੇ ਬਾਅਦ ਮਾਫੀ ਮੰਗੀ ਸੀ। ਕਈ ਵਾਰ ਬੰਦੇ ਦੇ ਇਹਨਾਂ ਦੇ ਮੂੰਹ ਚੋਂ ਕੋਈ ਗੱਲ, ਕਿਉਂਕਿ ਉਹਨੇ ਆਪਣੀ ਪਿਕਚਰ ਨੂੰ ਸਹੀ ਦੱਸਣ ਲਈ ਉਹਨੇ ਉਹ ਸਟੇਟਮੈਂਟ ਦਿੱਤੀ ਹੈ, ਜਿਹੜੀ ਕਿ ਬਿਲਕੁਲ ਅਸੀਂ ਉਸ ਦੀ ਬਿਲਕੁਲ ਕਲੀਅਰ ਕੱਟ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ, ਔਰ ਅਸੀਂ ਸਾਰੇ ਸੰਤਾਂ ਦੀ ਸਾਰੇ ਇੱਜ਼ਤ ਮਾਨ ਕਰਦੇ।